ਬਣਿਆ ਹੋਇਆ ਉਹਦੇ ਨਾਲ ਜਿਹੜਾ ਪਰਨਾ ਗਲਸ ਪਾ ਕੇ ਟਾਈਟ ਕਰ ਕਰ ਕੇ ਆਪਣੇ ਨੂੰ ਪਾ ਲਿਆ ਜਦੋਂ ਉਹਨਾਂ ਨੇ ਦੇਖਿਆ ਮੁਲਾਜ਼ਮਾਂ ਨੇ ਤਾਂ ਉਹਨੂੰ ਇੱਕਦਮ ਥੱਲੇ ਉਤਾਰ ਕੇ ਉਹਨੂੰ ਮੋਢੇ ਸਾਹ ਤੇ ਉਹਨੂੰ ਨਾਲ ਨਾਲ ਹਸਪਤਾਲ ਲੈ ਗਏ ਸਿਵਲ ਹਸਪਤਾਲ ਪਰ ਜਿੱਥੇ ਉਹਦੀ ਮੌਤ ਹੋ ਗਈ ਨਾਬਾਲਿਗ ਲੜਕੀ ਨੂੰ ਭਜਾਉਣ ਦੇ ਦੋਸ਼ਾਂ ਤਹਿਤ ਹਵਾਲਾਤ 'ਚ ਬੰਦ ਨੌਜਵਾਨ ਨੇ ਕੀਤੀ ਖੁਦਕੁਸ਼ੀ ਇਹਦੀ ਮਾਂ ਗਰਮੇਲ ਕੌਰ ਹੈਗੀ ਆ ਉਹਦੇ ਬਿਆਨ ਤੇ ਪਰਦਾਫਾਸ਼ ਕੀਤਾ ਸੀ ਉਸ ਦੀ ਲੜਕੀ ਨੂੰ ਰਾਜਪ੍ਰੀਤ ਨੇ ਜਿਹਦੀ ਉਮਰ 17 ਸਾਲ ਸੀ ਉਹਨੂੰ ਇਹ ਲੈ ਕੇ ਚਲੇ ਗਿਆ ਸੀ ਤੱਕ ਨੌਜਵਾਨ ਬੁੱਟਾ ਸਿੰਘ ਜਿਸ ਨੂੰ ਕਿ ਇੱਕ ਨਾਬਾਲਿਗ ਲੜਕੀ ਨੂੰ ਭਜਾਉਣ ਦੇ ਮਾਮਲੇ 'ਚ ਕੀਤਾ ਗਿਆ ਸੀ ਗ੍ਰਿਫਤਾਰ ਇਹਦੀ ਗ੍ਰਿਫਤਾਰੀ ਪਾ ਕੇ ਉਹਦਾ ਮੈਡੀਕਲ ਕਰਵਾਇਆ ਗਿਆ ਸੀਗਾ ਇਹਨੂੰ ਬੰਦ ਹੌਲਾ ਕੀਤਾ ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਡੁੰਗਾਈ ਨਾਲ ਜਾਂਚ ਨਾਭਾ ਦੇ ਸਦਰ ਥਾਣਾ ਵਿਖੇ ਬੰਦ ਹਵਾਲਾਤੀ ਨੌਜਵਾਨ ਜਿਸਨੇ ਕਿ ਖੁਦਕੁਸ਼ੀ ਕਰ ਲਈ ਹੈ ਜੀ ਹਾਂ ਨਾਬਾਲਿਗ ਲੜਕੀ ਨੂੰ ਭਜਾਉਣ ਦੇ ਦੋਸ਼ਾਂ ਤਹਿਤ ਮ੍ਰਿਤਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਥਾਣਾ ਸਦਰ ਪੁਲਿਸ ਨੇ 376 ਦਾ ਮਾਮਲਾ ਦਰਜ ਕਰਕੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਵੱਲੋਂ ਹਵਾਲਾਤ 'ਚ ਆਪਣੇ ਹੀ ਪਰਨੇ ਨਾਲ ਖੁਦਕੁਸ਼ੀ ਕਰ ਲਈ ਜਦੋਂ ਮ੍ਰਿਤਕ ਨੌਜਵਾਨ ਨੂੰ ਪੁਲਿਸ ਨੇ ਦੇਖਿਆ ਤਾਂ ਪੁਲਿਸ ਵਾਲਿਆਂ ਦੇ ਹੋਸ਼ ਉੱਡ ਗਏ ਤੇ ਤੁਰੰਤ ਹੀ ਸਰਕਾਰੀ ਹਸਪਤਾਲ ਨਾਭਾ ਵਿੱਚ ਮ੍ਰਿਤਕ ਨੌਜਵਾਨ ਨੂੰ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਚੁੱਕੀ ਸੀ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਸੰਬੰਧੀ DSP ਨਾਭਾ ਦਵਿੰਦਰ ਅਤਰੀ ਨੇ ਜਾਣਕਾਰੀ ਦਿੰਦਿਆਂ ਕੀ ਕੁਝ ਦੱਸਿਆ ਆਓ ਸੁਣਦੇ ਹਾਂ ਇਹ ਆਪਣਾ ਬੂਟਾ ਸਿੰਘ ਸਨ ਆਫ ਅਨੂਪ ਸਿੰਘ ਵਾਸੀ ਫੈਜ਼ਗੜ੍ਹ ਥਾਣਾ ਸਰ ਨਾਭਾ ਦਾ ਵਿਅਕਤੀ ਸੀ ਜਿਹਨੂੰ ਅਸੀਂ ਮੁਕੱਦਮਾ ਨੰਬਰ 219 ਅੰਡਰ ਸੈਕਸ਼ਨ 376 4 ਪੋਕਸੋ ਐਕਟ 'ਚ ਗ੍ਰਿਫਤਾਰ ਕੀਤਾ ਸੀਗਾ ਲੜਕੀ ਦੀ ਮਾਂ ਗੁਰਮੇਲ ਕੌਰ ਹੈਗੀ ਆ ਉਹਦੇ ਬਿਆਨ 'ਤੇ ਪਰਦਾਫਾਸ਼ ਕੀਤਾ ਸੀ ਵੀ ਉਸਦੀ ਲੜਕੀ ਨੂੰ ਰਾਜਪ੍ਰੀਤ ਨੂੰ ਜਿਹਦੀ ਉਮਰ ਤਕਰੀਬਨ 17 ਸਾਲ ਸੀਗੀ ਉਹਨੂੰ ਇਹ ਲੈ ਕੇ ਚਲੇ ਗਿਆ ਸੀਗਾ ਅਤੇ ਜਦੋਂ ਉਹਨਾਂ ਦੇ ਬਿਆਨਾਂ 'ਤੇ ਪਰਚਾ ਦਰਜ ਹੋਇਆ ਤਾਂ SHO ਸਦਰ ਨਾਭਾ ਵੱਲੋਂ ਲੜਕੀ ਨੂੰ ਅਤੇ ਲੜਕੇ ਨੂੰ ਆਪਣਾ ਰਾਊਂਡ ਅਪ ਕਰ ਲਿਆ ਸੀਗਾ ਲੜਕੀ ਨੂੰ ਮੈਡੀਕਲ ਵਾਸਤੇ ਸਿਵਲ ਹਸਪਤਾਲ ਕੱਲ੍ਹ ਦਾਖਲ ਕਰਾਇਆ ਗਿਆ ਅਤੇ ਇਹਦੀ ਜਿਹੜੀ ਗ੍ਰਿਫਤਾਰੀ ਪਾ ਕੇ ਇਹਦਾ ਮੈਡੀਕਲ ਕਰਵਾਇਆ ਗਿਆ ਸੀਗਾ ਇਹਨੂੰ ਬੰਦ ਹਵਾਲਾਤ ਕੀਤਾ ਗਿਆ ਸੀ ਥਾਣਾ ਸਦਰ ਨਾਭਾ ਉੱਤੇ ਸੁਸਾਈਡ ਕਿਵੇਂ ਕੀਤਾ ਜੀ ਹਾਂ ਜਦੋਂ ਅੱਜ ਅਸੀਂ ਚੈੱਕ ਕੀਤਾ ਸਾਡੇ ਸੰਤਰੀ ਦੇ ਮੁਨਸ਼ੀ ਨੇ ਤਾਂ ਇਹਨੇ ਜਿਹੜਾ ਹਵਾਲਾਤ ਦਾ ਸਾਈਡ 'ਤੇ ਜੋ ਗੇਟ ਦੇ ਇੱਕ ਪਿੱਲਰ ਬਣਿਆ ਹੋਇਆ ਉਹਦੇ ਨਾਲ ਜਿਹੜਾ ਪਰਨਾ ਗਲ 'ਚ ਪਾ ਕੇ ਟਾਈਟ ਕਰ ਕਰਕੇ ਆਪਣੇ ਉਹਨੂੰ ਪਾ ਲਿਆ ਜਦੋਂ ਉਹਨਾਂ ਨੇ ਦੇਖਿਆ ਮੁਲਾਜ਼ਮਾਂ ਨੇ ਤਾਂ ਉਹਨੂੰ ਇੱਕਦਮ ਥੱਲੇ ਉਤਾਰ ਕੇ ਉਹਨੂੰ ਮੋਢੇ ਸਾਹ ਤੇ ਉਹਨੂੰ ਨਾਲ ਨਾਲ ਹਸਪਤਾਲ ਲੈ ਗਈ ਸਿਵਲ ਹਸਪਤਾਲ ਪਰ ਜਿੱਥੇ ਉਹਦੀ ਮੌਤ ਹੋ ਗਈ ਕਿੰਨੀ ਕੁ ਉਮਰ ਹੈ ਜਿਹੜੀ ਇਹਦੀ ਤਕਰੀਬਨ 32 ਸਾਲ ਉਮਰ ਹੈਗੀ ਹੈ ਲੜਕੇ ਦੀ ਕੀ ਕਰਦਾ ਸੀਗਾ ਜੀ ਇਹ ਫਰੀ ਅਸੀਂ ਲੇਬਰ ਕਰਦਾ ਸੀਗਾ ਪਹਿਲਾਂ ਦੱਸਿਆ ਜਿੱਦਾਂ ਪੁੱਛ ਕੇ ਤੇ ਪਹਿਲਾਂ ਦਾ ਵਿਆਹ ਹੋਇਆ ਸੀ ਉਹਦਾ ਛੱਡ ਛੜਿਆ ਹੋਇਆ ਅਤੇ ਇਹਦੀ ਅਸੀਂ ਬਕਾਇਦਾ ਪ੍ਰੋਪਰ ਜਿਹੜੀ 219 ਨੰਬਰ ਮੁਕੱਦਮੇ ਅਰੈਸਟ ਕਰੀ ਸੀ ਇਹਦੇ ਤਹਿਤ 376 4 ਜਿਹੜਾ ਪੋਕਸੋ ਐਕਟ ਦੇ ਤਹਿਤ ਇਹਦੇ ਪਰਚਾ ਦਰਜ ਸੀ ਉਹਦੇ 'ਚ ਇਹਦੀ ਗ੍ਰਿਫਤਾਰੀ ਪਾਈ ਸੀ ਹਾਂ ਇਹਦਾ ਅੱਜ ਇਹਨੂੰ ਕੋਰਟ 'ਚ ਪੇਸ਼ ਕਰਨਾ ਸੀਗਾ ਕੱਲ੍ਹ ਦੀ ਇਹਦੀ ਗ੍ਰਿਫਤਾਰੀ ਪਈ ਹੈ ਮੈਡੀਕਲ ਵਗੈਰਾ ਇਹਦਾ ਪ੍ਰੋਪਰ ਹੋਇਆ ਹੋਇਆ ਅਤੇ ਅੱਜ ਇਹਦਾ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣਾ ਸੀਗਾ ਹਾਂਜੀ ਹਾਂਜੀ ਇਹਦੇ ਪੇਰੈਂਟਸ ਨੂੰ ਕੀਤਾ ਗਿਆ ਸਰ ਹਾਂਜੀ ਹਾਂਜੀ ਉਹ ਆ ਗਿਲਟੀ ਫੀਲ ਕਰਦੇ ਹੋਏ ਲੱਗਦਾ ਵੀ ਇਹਨੇ ਜਿਹੜਾ ਸੁਸਾਈਡ ਕੀਤਾ ਗਿਆ ਦੇਖੋ ਇਹ ਤਾਂ ਹੁਣ ਅੱਗੇ ਤਫਤੀਸ਼ 'ਤੇ ਆਪਣਾ ਅੱਗੇ ਤੋਂ ਦੇਖਦੇ ਨੇ ਥੈਂਕ ਯੂ A1 ਮੀਡੀਆ ਲਈ ਨਾਭਾ ਤੋਂ ਜਤਿੰਦਰ ਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ।